تقول غير في نهايه هذه تغير يعني كيف تقول لي بعدين تره كلام اچھا بولیا بٹی گیا اور اور کچھ لگا ہے بولیا میں کا ਪੁਰਾਣੀਆਂ ਯਾਦਾਂ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕੁਮ ਉਮੀਦ ਕਰਦਾ ਸਾਰੇ ਭੈਣਾਂ ਭਰਾ ਠੀਕ ਹੋ ਸੋ ਮੈਂ ਤੁਹਾਡਾ ਮਿਹਮਾਨ ਮਨਸੂਰ ਜੱਟ ਜੀ ਨਾਜ਼ਰੀਨ ਬਿਲਕੁਲ ਇਸ ਵਕਤ ਮੌਜੂਦ ਹਾਂ ਆਪਣੇ ਘਰ ਤੁਸੀਂ ਪਤਾ ਆ ਰਮਜ਼ਾਨਾ ਮਹੀਨਾ ਆ ਤਾਂ ਉਸਨੇ ਸਿਲਸਿਲੇ ਜਨਾਬ ਆਏ ਭਾਈ ਔਰ ਆਏ ਫਰੀ ਰੇਸਨ ਮੈਂ ਕਿਹਾ ਚਲੋ ਵੀਡੀਓ ਇਹਨਾਂ ਨੇ ਬਣਾਈ ਬਣਾਉ ਇਹ ਉੱਚਾ ਬਜਾਣਗੇ ਇਹਨਾਂ ਕੋਲ ਰੱਖਿਆ ਉੱਚਾ ਉੱਚਾ ਬਜਾਈ ਰਹੇ ਨੇ ਇਹ ਕੋਈ ਗਰੀਬ ਬੰਦੇ ਨਾਲ ਫਿਰਨੇ ਲੱਗੇ ਆ ਕੋਈ ਮਦਦ ਕਰੋ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਠੀਕ ਹੋ ਹਾਂ ਸ਼ੁਕਰ ਅੱਲਾ ਨਾ ਜੀ ਕਹਿ ਨਾ ਜਨਾਬ ਸੋਣਾ ਹਲੋ ਸਰ ਨਾ ਜੀ ਹਲੋ ਸੇਨ ਕਿਥੋਂ ਆਇਓ ਐ ਤੇ ਜਾਣੀ ਤੁਮ ਜੀ ਜਾਣੀ ਤੁਮ ਆਇਓ ਕੀ ਕੰਮ ਕਾਜ ਕਰਨੇ ਹੋ ਹਮ ਕਾਜ ਹੀ ਆ ਬਸ ਤਕਰੀਬਨ ਇੱਕ ਸੋਨੇ ਦਾ ਮਨ ਵਾਲੀ ਖੁਸ਼ੀਆਂ ਦਾ ਰੱਬ ਨੇ ਜ਼ਾਤ ਆ ਉੱਚਾ ਬਜਾਣੇ ਹੋ ਹਲੀ ਜੀ ਕੁਛ ਸ਼ਾਦੀਆਂ ਬਜਾਣੇ ਹੋ ਜਾ ਜੀ ਸ਼ਾਦੀਆਂ ਬਿਆਨ ਦੇ ਵਿੱਚ ਆ ਕੁਝ ਤੁਮ ਜਾਣੇ ਹੋ ਬੱਚਿਆਂ ਦੀ ਖੁਸ਼ੀਆਂ ਬੜੀ ਅੰਗਲੈਂਡ ਨੂੰ ਅਚਾਨਕ ਉਹਨਾਂ ਨੇ ਖੁਸ਼ੀਆਂ ਨਾਲ ਅੰਗਲੈਂਡ ਵਿੱਚ ਜਿਹੜੇ ਜੀ ਅੱਛਾ ਟੋਲ ਗੀ ਰਖੀ ਨੇ ਹਲੀ ਤਈਏ ਰਹੇ ਨੇ ਜੀ ਟੋਲ ਵੀ ਬਾਜੇ ਵੀ ਪੂਰਾ ਸੈਟ ਹੁੰਦਾ ਹੈ ਵਾਹ ਜੀ ਵਾਹ ਦੇ ਰੋਜ਼ਿਆਂ ਵਿੱਚ ਇੱਕ ਸਾਲ ਚਾਹੀਦਾ ਮਾਂ ਪਰ ਰੋਜ਼ੇ ਕੰਮ ਵੀ ਲਾ ਹੋਇਆ ਤਾਂ ਇਹ ਕਿ ਬਸੋ ਕਿ ਇੱਕ ਸ਼ਾਦੀ ਵੀ ਕਿਤੇ ਪੈਸੇ ਦੇ ਕਿੰਨੇ ਹੋ ਇੱਕ ਸ਼ਾਦੀ ਵੀ ਕੋਈ ਇਹ ਪਹਿਣਾ ਪਰਾਂ ਦਾ ਤਾਮਨ ਹੈ ਅੱਛਾ ਅੱਜ ਦੇ ਤਾਮਨ ਹੋਈ ਜਾ ਤਾਂ ਹੋਈ ਜਾਣੇ ਤੇਰੀ ਸ਼ਾਦੀ ਨਾਲ ਲੱਖਾਂ ਵੀ ਹੋਈ ਜਾਣੇ ਆ ਤੁਸੀਂ ਲੈ ਲਿਓ ਆਪਣੇ ਭੈਣਾਂ ਭਰਾਵਾਂ ਨੂੰ ਸ਼ੁਰੂ ਕਰਨਾ ਅੱਛਾ ਅੱਲਾ ਕਿਆ ਸੁਣਾਸੋ ਸੰਗੀ ਸ਼ਾਰ ਜਾਂ ਕੋਈ ਚੀਜ਼ ਸੁਣਾਸੋ ਨਾ ਤੇ ਸੁਣਾਸਾਂ ਰਮਜ਼ਾਨਾ ਮੇਰਾ ਆਇਆ ਸ਼ਾਰ ਜੀ ਨਾਤ ਸੁਣਾਓ ਫਿਰ ਜੀ ਚਾਹੇ ਮਦੀਨਾ ਚਾਹੇ ਮਦੀਨਾ ਮਦੀਨੇ ਕੇ ਵਾਲੀ ਸਾਰੇ ਨਦੀ ਤੇਰੇ ਡਰ ਕੇ ਤਮਲੀ ਚਾਹੇ ਮਦੀਨਾ ਚਾਹੇ ਮਦੀਨਾ ਤੇਰੇ ਕਰਮ ਸੇ ਦੁਨੀਆ ਬਣੀ ਹੈ ਤੇਰੇ ਕਰਮ ਸੇ ਦੁਨੀਆ ਬਣੀ ਹੈ ਨੀਲੇ ਪਲਕ ਪਰ ਚਾਂਦ ਤਨੀ ਹੈ ਨੀਲੇ ਪਲਕ ਕੀ ਚਾਂਦ ਤਨੀ ਹੈ ਆਪ ਗਰ ਨਾ ਹੋਤੇ ਆਪ ਗਰ ਨਾ ਹੋਤੇ ਦੁਨੀਆ ਕੇ ਵਾਲੀ ਸਾਰੇ ਨਬੀ ਤੇਰੇ ਡਰ ਕੇ ਤਵਾਲੀ ਚਾਹੇ ਮਦੀਨਾ ਚਾਹੇ ਮਦੀਨਾ ਮਾਸ਼ਾਅੱਲਾ ਬੜੀ ਸੋਹਣੀ ਬਾਤ ਸੁਣੀ ਹੈ ਜੀ ਨਾਜ਼ਰੀਨ ਸੁਣੀ ਨਾ ਸੁਣਤੀ ਹੈ ਤਾਂ ਇਹ ਗਰੀਬ ਬੰਦੇ ਆਣੇ ਮਦਦ ਕਰਿਆ ਕਰੋ ਜੀ ਜਾਣੇ ਨੇ ਮਦਦ ਕਰਿਆ ਕਰੋ ਬਿਸਮਿਲ੍ਲਾ ਕੰਮ ਕਾਜ ਹੋ ਟੋਲੇ ਬਗੈਰ ਕਰਨੇ ਕੋਣੀ ਹੈ ਟੋਲੀ ਜਾਣੀ ਹਾਂ ਜੀ ਹੋਰ ਕੰਮ ਕਾਜ ਕੋਣੀ ਹੈ ਸਮੋਸੇ ਪਕੋੜੇ ਦੁਕਾਨ ਸੀ ਤੋ ਸੀਜ਼ਨ ਹੀ ਸਮੋਸੇ ਪਕੋੜੇ ਕਿਆ ਵਜਾ ਕੋਣੀ ਦਰਸਲ ਪਾਸਾ ਨਹੀਂ ਸੀ ਕੋਲ ਜੇ ਕੋਈ ਦੁਕਾਨ ਸੀ ਆ ਰੱਖਾਂ ਅੱਛਾ ਤਾਂ ਜਨਾਬ ਤੁਸੀਂ ਕੀ ਇਸ ਤੋਂ ਇਲਾਵਾ ਹੋਰ ਚੀਜ਼ਾਂ ਦੱਸਾਂ ਦੱਸਾਂ ਨਾਲ ਨਾਲ ਜੁੜੇ ਰਹੇ ਇਨਸ਼ਾਅੱਲਾ ਤੁਸੀਂ ਕੀ ਵੀਡੀਓ ਹੋਰ ਚੀਜ਼ਾਂ ਦੱਸੀਆਂ ਵੀਡੀਓ ਸੇ ਮਿਲਨੇ ਆ ਇਨਸ਼ਾਅੱਲਾ ਅੱਗੇ ਵਾਹ ਭੈਣੋ ਟਾ ਵਾਲੇ ਪੜਾਓ ਕੁਝ ਆਪਣੀਆਂ ਗੱਲਾਂ ਬੁਝਾ ਖੁਦ ਸਜਿਆ ਬੁਝਾਓ ਨਾ ਜੀ ਇਹ ਤਾਂ ਕੀ ਤੇ ਗਿਆ ਅੱਛਾ ਬੁਲੀਆ ਬੱਟੀ ਗਿਆ ਨਾ ਨਾਲ ਸਾਰੇ ਬਧੂ ਡੂ ਕੈਮਰਾ ਮੇਰ ਮਸ਼ੂਰ ਜੱਟ ਸਾਹਿਬ ਐਡ ਕੋਈ ਸਵਾਲ ਸਾਹਿਬ ਬੁਲੀਆ ਬੱਟੀ ਦੇ ਨਾਲ ਗੋਦੀ ਇਹ ਪੱਟੀ ਦਾ ਹੁਣ ਉਹ ਮੁਲੀ ਦਿਓ ਇਹ ਦਿਓ ਮੁਲੀ ਦਿਓ ਇਹ ਮਜ਼ਾਇਲਾ ਮੁਲੀ ਹੈ ਹੁਣ ਹੋਰ ਕੁਝ ਲੱਗੇ ਬੁਲੀਆ ਮੈਂ ਗੱਲ ਕਰ ਇਹ ਸੀਜ਼ਨ ਖਤਮ ਹੋ ਗਿਆ ਹਾਂ ਮੈਂ ਪਰਸੋਂ ਕੱਪੜੇ ਖਰਾਬ ਹੋ ਸਨਾ ਤੱਕੋ ਜੀ ਮੈਂ ਬਲਾ ਪੜਵਾ ਹਣਾ ਕੀ ਕਰਨੇ ਹੋ ਪਰਸੋਂ ਬਿਲਕੁਲ ਮਾਰੇ ਭੈਣਾ ਤਾਂ ਮਾਰੇ ਭਰਾ ਹੋਰ ਕੁਛ ਹੋਰ ਕੁਛ ਸਬਜ਼ੀ ਲੈ ਸੋ ਬਚੂ ਚਾਲ ਤੋਂ ਨਾ ਟਕਰੇ ਸੋ ਜੀ ਜੀ ਟਕਰੇ ਸੋ ਇਹਨਾਂ ਦੇ ਨੇ ਕੰਮ ਉਹ ਕੀ ਕਰਨੇ ਹੋ ਨਾ ਟੱਕੀ ਟਕਰੇ ਮੈਂ ਝੂਠਾ ਵੀ ਟਕਰੇ ਸੋ ਜੀ ਜੀ ਇਹ ਦੇਖੋ ਇਹ ਕਿ ਮੂਲੀਆਂ ਵੀ ਹੈ ਮੂਲੀਆਂ ਵੀ ਨਹੀਂ ਮੂਲੀਆਂ ਵੀ ਹੋ ਅੱਛਾ ਹਾਂ ਹਾਂ ਇਹ ਉਹ ਸਕਵਾਸ਼ਾ ਤੋਂ ਪੈਰ ਫਿਰ ਸਿੱਟ ਕੇ ਬੱਚੇ ਹੋ ਇਹ ਤਾਂ ਕੋਈ ਰੰਬੀ ਪੌੜੀ ਵੀ ਸਟਾ ਦੁਖੀ ਅੱਛਾ ਜੀ ਬਿਲਕੁਲ ਮਾਇ ਪੇ ਰਾ ਦਾ ਮਾਇ ਪੜਾ ਹੋ ਤਾਂ ਕੋ ਗਰਾਣਾ ਮੁਲਕ ਗਰਾਣਾ ਮੁਲਕ ਵੀਓ ਆ ਰੋ ਕੁਤੀ ਹੋਣਾ ਅੱਛਾ ਇਹ ਪੋਸ਼ੋ ਪਿਆ ਅਬਰੇਮ ਸਾਹਿਬ ਤੁਸੀਂ ਸਕੂਲ ਕੋ ਜਾਣੇ ਪਾਸ ਹੋ ਗਿਆ ਪੂਜਾ ਆ ਹੁਣ ਕਿਤੇ ਲੱਗੇ ਹੋ ਪਹਿਲੀ ਪਹਿਲੀ ਲੱਗੇ ਦੂਸਰੀ ਲੱਗੇ ਹੋ ਦੂਸਰੀ ਇਹ ਯਾਦ ਕੀ ਰਹਿਣੀ
ਕਦੋਂ ਮਠਿਆਈ ਖਵਾ ਸੋ ਜੀ ਬਿਲਕੁਲ ਮਾਰੇ ਭੈਣਾਂ ਤਾਂ ਮਾਰੇ ਭਰਾ ਜੀ ਬਿਲਕੁਲ ਮਸ਼ਹੂਰ ਆ ਅਗੋ ਪੁਰਾਣੇ ਜ਼ਮਾਨੇ ਲੋਕ ਗੋਡੀ ਕਰਦੇ ਆ ਸੋ ਕਰ ਲੈ ਅੱਛਾ ਪੁਰਾਣੇ ਜ਼ਮਾਨੇ ਗੋਡੀ ਕਰਨੇ ਸੀ ਹਾਂ ਤੱਕੋ ਜੀ ਕੁਦ ਮੁਰਸੋ ਜੀ ਬਿਲਕੁਲ ਮਾਰੇ ਭੈਣਾਂ ਤਾਂ ਮਾਰੇ ਭਰਾ ਨਾ ਕੋ ਬਾਈ ਮਾਰੇ ਬੋਤਲ ਖਾਇਆ ਸੋ ਮੰਜੇ ਨਸੀ ਆ ਸੋ ਹੁਣ ਤੱਕ ਇਹ ਚੋ ਬੋਤਲ ਛਾਛਾ ਚੋ ਅੱਛਾ ਬੋਤਲ ਮਾਰਸੋ ਹਾਂ ਇਹ ਮੰਜੇ ਨਸੀ ਨਹੀਂ ਸਰ ਹਾਂ ਤੁਸੀਂ ਕਿਸੇ ਕਰਨੇ ਹੋ ਕੁੱਤਾ ਬਿੜ ਸਰ ਮੈਂ ਕੁੱਤੇ ਹੀ ਬਿੜ ਰਿਹਾ ਕੁੱਤਾ ਮੇਰੀ ਹੀ ਬਿੜ ਹਾਂ ਇਬਰਾਹਿਮ ਸਭ ਕੁਝ ਜੇ ਰਹੇ ਹੋ ਕਿਸੇ ਮੁੜ ਸੋ ਨਵੇਂ ਤਰੀਕੇ ਨਾਲ ਕਿਸੇ ਕਿਆ ਕਰ ਸੋਲਾ ਇੱਕ ਨਸੀ ਜੀ ਕੁੱਤੇ ਨਸੀ ਵੇ ਨਸ ਗਿਆ ਨੀ ਬਸ ਬਿੜਸੀ ਹੈ ਜਨਾਬ ਜੀ ਕੋਈ ਜਵਾਨ ਲੱਗੇ ਨੇ ਪੋਸ਼ ਭਰੀ ਨੇ ਪੁੱਛਣੇ ਆ ਕਿਉਂ ਪੋਸ਼ ਭਰਨੇ ਹੋ ਕਿਆ ਵਜ੍ਹਾ ਗਰਾ ਲਾਸੋ ਹਾਂ ਅੱਜ ਹੀ ਗਰੇ ਲਾਣੇ ਹੋ ਕੁਤੂ ਕੁਤੂ ਇਕੱਠਾ ਕਰਨੇ ਹੋ ਪੋ ਪੁੱਛਣੇ ਹੋ ਪੁੱਛੀ ਤੂੰ ਇਕੱਠਾ ਕਰਨੇ ਹੋ ਕੋ ਮਾਰਾ ਕਦਾ ਫਿਰ ਕੋ ਮਾਰਾ ਤਾਂ ਫਿਰ ਕੁੰਦ ਮਾਰਾ ਲੋਕ ਬੜਾ ਮਾਰਨੇ ਹੋਣੇ ਇਹਨੂੰ ਲੋਕ ਐਸਾ ਲੱਸੀ ਜੋੜੇ ਛੂਟਾ ਦੇਣੇ ਆ ਜੀ ਕਿੰਨ ਤੋੜਾ ਭਰਨੇ ਹੋ ਅੱਛਾ ਦਿਹਾੜੀ ਕਿਤਾ ਇਕੱਠਾ ਕਰ ਕਿੰਨੇ ਹੋ ਦਿਹਾੜੀ ਗਾਰਾ ਲਾ ਸੀ ਬਸ ਗਾਰਾ ਗਾਰਾ ਕੋਠੀਆਂ ਲਾਣੇ ਬੇੜਾ ਲਾਣੇ ਕੋਠੀਆਂ ਕੋਲ ਲਾਣੇ ਅਲਾ ਇਹ ਰਹੀ ਬਣੇ ਹੋਣੇ ਨੇ ਤੁਸੀਂ ਪੋ ਖੜਨੇ ਹੋ ਅਸਾਂ ਪੋ ਖੜਨੇ ਆ ਜੇ ਪੋ ਲਾ ਲੈ ਬੇੜਾ ਪੱਕਾ ਰਹਿਣਾ ਥੋੜਾ ਕਿਤਨਾ ਅਰਥਾ ਗਰਾ ਕੱਢ ਜਾਣਾ ਕੋਈ ਡੇਢ ਇੱਕ ਸਾਲ ਕੱਢ ਜਾਣਾ ਹਾਂ ਪੁਰਾਣੀਆਂ ਯਾਦਾਂ ਮਤਲਬ ਹਾਂ ਪੁਰਾਣੀਆਂ ਯਾਦਾਂ ਵਾਹ ਜੀ ਵਾਹ ਆ ਤੱਕਨੇ ਜਨਾਬ ਉਸ ਨਾਲ ਤਰੋੜੇ ਭਰੇ ਵੇ ਤਾਂ ਇਹ ਜਨਾਬ ਰੇੜੀ ਬੁਣ ਜਵਾਨਾ ਨਹੀਂ ਰਿਹਾ ਤਾਂ ਇਸ ਰੇੜੀ 'ਚ ਖੜਨੇ ਹੋ ਅਲਾ ਇਹ ਤੋ ਕੁਝ ਨਾ ਤਰੋੜੇ ਲੱਦੀ ਰੇ ਅਲਾ ਬੇ ਹੋਣੇ ਆ ਚਲਾਉਣਾ ਕੌਣ ਹੈ ਹਾਂ ਵਾਹ ਜੀ ਵਾਹ ਇਹ ਤੱਕ ਨਹੀਂ ਜਿਹੜਾ ਪੋ ਬਾਕੀ ਬਚਣਾ ਨਾ ਭਰੀ ਬੰਦੇ ਕਿੰਨੀਆਂ ਨੇ ਉਸ ਤੋਂ ਬਾਅਦ ਜਿਹੜਾ ਬਚਣਾ ਨਾ ਨਿੱਕਾ ਨਿੱਕਾ ਥੋੜਾ ਥੋੜਾ ਇਹ ਚੀਜ਼ ਬਾੜੀ 'ਚ ਖੰਡੇ ਨੇ ਇਹ ਕਿੰਨੇ ਅਰਸੇ ਤੋਂ ਕੰਮ ਕਰਨੇ ਹੋ ਨਾ ਹਰ ਸਾਲ ਇਕੱਠਾ ਕਰਨੇ ਹੋ ਜਾਂ ਇਸ ਸਾਲ ਕਰਨੇ ਹੋ ਹਰ ਸਾਲ ਜੀ ਹਰ ਸਾਲ ਤੱਕੋ ਜੀ ਨੇ ਰੱਸਾ ਮਾਰੀ ਜਨਾਬ ਏ ਕੋਠੀ ਰੇ ਤਾਂ ਇਹ ਜਵਾਨ ਉੱਪਰ ਭੱਜ ਜਾਣੇ ਅਲਾ ਸ਼ੌਂਕ ਹੈ ਤੱਕੋ ਜੀ ਨਾਜ਼ਰੀਨ ਸ਼ੌਂਕ ਨਾਲ ਕੋਈ ਮੁੱਲ ਨਹੀਂ ਹੋਣਾ ਤੁਸੀਂ ਪਤਾ ਪੁਰਾਣੇ ਜ਼ਮਾਨੇ 'ਚ ਜਿਹੜੇ ਬੰਦੇ ਬਹਿਣੇ ਸਨ ਪੁਰਾਣੀਆਂ ਯਾਦਾਂ ਇਹ ਸਮਝ ਕੇ ਪੁਰਾਣੀਆਂ ਯਾਦਾਂ ਬਚਪਨ ਸਾਂ ਹੀ ਬਹਿਣੇ ਸਨ ਰੇੜੀਆਂ ਉੱਪਰ ਤੱਕੋ ਜੀ ਆਏ ਕਿਆ ਵਜ੍ਹਾ ਚੱਲ ਨਹੀਂ ਗਿਆ ਨੀ ਤੱਕੋ ਜੀ ਪੁਰਾਣੀਆਂ ਯਾਦਾਂ ਵਾਹ ਜੀ ਵਾਹ ਠੀਕ ਹੈ ਜਨਾਬ ਤੱਕੋ ਜੀ ਜੀ ਨਾ ਅਸੀਂ ਅੱਜ ਦੱਸਣੇ ਆ ਜਨਾਬ ਜੀ ਗੱਡੀ ਹੈ ਇਹ ਜਨਾਬ ਕਰਿਆਨਾ ਸਾਰਾ ਸੌਦਾ ਡਡਿਆਲ ਤੋਂ ਛਿਣਿਆ
ਤੁਸੀਂ ਤੱਕ ਸੁਣਿਓ ਇੱਥੇ ਸੇਲ ਕਰਨੇ ਜਨਾਬ ਜੀ ਆਲੂ ਸ਼ਾਲੂ ਅਸਲਾਮ ਵਾਲੇਕਮ ਉੱਚੇ ਬੋਲੋ ਠੀਕ ਹੋ ਠੀਕ ਠਾਕ ਆਪ ਵੀ ਠੀਕ ਹੋ ਠੀਕ ਠਾਕ ਆਪਣੀ ਪਹਾੜੀ ਜ਼ਬਾਨ ਕੌਣ ਸੀ ਨੀ ਅੱਛਾ ਕਿਆ ਕਿਆ ਚੀਜ਼ ਹੁੰਦੀ ਨੇ ਸਾਡੇ ਕੋਲ ਸਰਕਾਰ ਜੂਸ ਹੈ ਬੋਤਲਾਂ ਅੱਛਾ ਜੂਸ ਬੋਤਲਾਂ ਆਲੂ ਪਿਆਜ਼ ਸਰਫ ਕਰਿਆਨੇ ਸਾਰਾ ਸਮਾਨ ਦਾਣੇ ਤੱਕੋ ਜੀ ਕਰਿਆਨੇ ਨੇ ਸਾਰਾ ਸਮਾਨ ਰੱਖੇ ਆ ਜਨਾਬ ਜੀ ਇੱਥੇ ਜਨਾਬ ਜੀ ਆਲੂ ਲੈ ਰਹੇ ਥੇ ਇਹਨੇ ਪੁੱਛਦਾ ਆਲੂ ਸਸਤਾ ਮਹਿੰਗਾ ਸਾਰਾ ਕੁਝ ਨਵਾਂ ਤੱਕੋ ਜੀ ਗੱਡੀ ਸ਼ਾਜ਼ੋਰ ਤਿਆਰ ਕਰੀ ਹੈ ਤਾਂ ਇਹ ਕਿਹੜਾ ਮਾਡਲ ਹੈ ਜਨਾਬ ਇੱਕ ਮਾਡਲ 2001 ਮਾਡਲ ਹੈ ਜਾਂ ਮੋਲੂ ਇੱਕ ਮਾਡਲ ਹੈ 2001 ਮਾਡਲ ਹੈ ਅੱਛਾ 2001 ਮਾਡਲ ਹੈ ਆਹ ਬਾਕੀ ਸਭ ਚੀਜ਼ਾਂ ਤੱਕ ਬਸ ਇਹਦੀਆਂ ਚੀਜ਼ਾਂ ਲਈਆਂ ਨੇ ਬਸ